ਜਦੋਂ ਸ਼ਿਫਟ ਕਰਦੇ ਹੋ ਤੇ ਤੁਸੀਂ ਕਿਹੜੇ ਪਾਸੇ ਲੈ ਕੇ ਜਾਂਦੇ ਹੋ? ਅਸੀਂ ਹੁਣ ਤੇ ਜਾਵਾਂਗੇ ਜੀ ਉੱਥੇ ਗਰਦਾ ਮਿਲਦਾ ਹੈ। ਗਰਦਾ? ਹਾਂਜੀ। ਅੱਛਾ, ਉੱਥੇ ਮੱਖੀ ਬੱਚਾ ਪਾਉਂਦੀ ਪਲੇ, ਉਸ ਤੋਂ ਬਾਅਦ ਅਸੀਂ ਮੀਆਂ ਵਾਲੀ, ਚਕਵਾਲ, ਤਲਾਗਾਂ, ਜਿੱਦਣ ਬੇਰੀ ਹੈ, ਯਾਨੀ ਕਿ ਸਾਡੇ ਛਾਂਗਾ ਮਾਂਗਾ ਜੰਗਲ ਵਿੱਚ ਬੇਰੀ ਮੌਜੂਦ ਨਹੀਂ ਹੈ। ਬੇਰੀ ਦੇ ਦਰਖਤ ਮੌਜੂਦ ਨਾ ਹੋਣ ਦੀ ਵਜ੍ਹਾ ਨਾਲ ਤੁਹਾਨੂੰ ਤਲਾਗਾਂ, ਚਕਵਾਲ ਜਾਣਾ ਪੈਂਦਾ, ਦੂਰ ਦਰਾਜ ਇਲਾਕਿਆਂ 'ਚ ਜਾਣਾ ਪੈਂਦਾ, ਜਿਹਦੇ 'ਚ ਕੈਰਿਜ ਵੀ ਬਹੁਤ ਜ਼ਿਆਦਾ ਆ ਜਾਂਦਾ, ਲੇਬਰ ਦਾ ਖਰਚਾ। ਛਾਂਗਾ ਮਾਂਗਾ ਜੰਗਲ ਦੇ ਅੰਦਰ ਬੇਰੀ ਦੇ ਦਰਖਤ ਲਗਾਏ ਜਾਣ ਤੇ ਫਿਰ ਤੁਹਾਨੂੰ ਚਕਵਾਲ, ਤਲਾ ਕੰਗ ਜਾਂ ਇਹਨਾਂ ਇਲਾਕਿਆਂ 'ਚ ਜਾਣ ਦੀ ਜ਼ਰੂਰਤ ਨਹੀਂ ਪੈਗੀ। ਇਹ ਗੱਲ ਪੱਕੀ ਗੱਲ ਨਹੀਂ, ਉਹ ਥੋੜੇ ਅਭੀ ਲਗੇ ਪਿਛਲੇ ਦੌਰ ਵਿੱਚ ਬਾਜੀ ਹੁੰਦੀ ਸੀ, ਹੁਣ ਨਹੀਂ ਹੈਗੀ। ਲਗਾ ਰਹੇ ਹਾਂ ਉਹ ਜੋ ਛੱਜੇ ਲਗੇ ਹੋਏ ਆ, ਉਹ ਕਿਸ ਪੇ ਲਗੇ ਨੇ? ਛੱਜੇ ਤਾਂ ਉਹ ਤੂਤ ਕੇ ਉੱਪਰ ਦਰਖਤ ਕੇ ਦਰਖਤ ਲੱਗ ਸਕਦੇ ਹੈ, ਤੂਤ ਮੇ ਜ਼ਿਆਦਾ ਲਗੇ ਹੋਏ ਥੇ। ਅੱਛਾ, ਮੈਨੂੰ ਇਹ ਦੱਸੋ ਕਿ ਮੈਨੂੰ ਇਹ ਪਤਾ ਚੱਲਿਆ ਹੈ ਵੀ ਇਹ ਜਿਹੜੀ ਮੱਖੀ ਹੈ ਐਪੀਮੈਲੀਫੇਰਾ ਆਉਂਦੀ ਹੈ, ਇਹ ਡੂਮਣਾ ਮੱਖੀ ਨੂੰ ਮਾਰਦੀ ਹੈ, ਇਹ ਗੱਲ ਸੱਚੀ ਹੈ ਕਿ ਝੂਠੀ ਹੈ? ਮਾਰ ਗੱਲ ਹੈ ਕਿ ਨਹੀਂ? ਨਹੀਂ, ਮਾਰਦੀ ਹੈ। ਅਗਰ ਉਹ ਡੱਬੇ ਤੇ ਇੱਥੇ ਜਦੋਂ ਅਸੀਂ ਖਾਦ ਪਾਉਂਦੇ ਹਾਂ ਨਾ, ਉਹ ਡੱਬੇ ਤੇ ਹਮਲਾ ਕਰੇਗੀ ਨਾ, ਇੱਥੇ ਆਏਗੀ ਤੇ ਫਿਰ ਜੁੜ ਕੇ ਉਹਦੇ ਗੱਲ ਪੈ ਜਾਂਦੀ। ਮੈਨੂੰ ਇੱਥੇ ਜਿਹੜੇ ਠੇਕੇਦਾਰ ਨੇ ਸ਼ਹਿਦ ਦੇ, ਉਹਨਾਂ ਨੇ ਆਖਿਆ ਜੀ ਜਿਹੜੀ ਮੱਖੀ ਪਾਲਦੇ ਪਏ ਨੇ ਨਾ ਐਪੀਮੈਲੀਫੇਰਾ, ਉਹ ਜੰਗਲ ਦੀ ਜਿਹੜੀ ਮੱਖੀ ਡੂਮਣਾ ਹੈ ਉਹਦੀ ਦੁਸ਼ਮਣ ਹੈ। ਇਹ ਤਾਂ ਸਰ ਕਮਜ਼ੋਰ ਮੱਖੀ, ਛੋਟੀ ਮੱਖੀ, ਉਹ ਤਾਂ ਸਗਰੋ ਕਾਫੀ ਵੱਡੀ ਮੱਖੀ ਪਾਇਆ ਜਾਂਦਾ, ਬੰਦਾ ਮਾਰ ਦਿੰਦੀ, ਇਹ ਤਾਂ ਛੋਟੀ ਮੱਖੀ, ਇਹਨੇ ਕੁਝ ਵੀ। ਅੱਛਾ, ਇਹਦਾ ਮਤਲਬ ਹੈ ਜਿਹੜੀ ਡੂਮਣਾ ਮੱਖੀ ਜੰਗਲ ਦੇ ਅੰਦਰ ਲੱਗੀ ਹੁੰਦੀ ਹੈ, ਉਹਦਾ ਤੇ ਇਹਦਾ ਕੋਈ ਮੁਕਾਬਲਾ ਨਹੀਂ? ਜਿਹੜੇ ਲੋਕਾਂ ਨੇ ਇਹ ਖਿਆਲ ਪੈਦਾ ਕੀਤਾ ਹੈ ਵੀ ਇਹ ਛੋਟੀ ਮੱਖੀ ਜਿਹੜੀ ਐਪੀ ਮੈਲੀਫੇਰਾ ਜਿਹੜੀ ਯੂਰਪ ਦੀ ਜਾਂ ਆਸਟ੍ਰੇਲੀਅਨ ਮੱਖੀ ਹੈਗੀ ਹੈ ਜਿਹੜੀ ਡੱਬਿਆਂ 'ਚ ਪਾਲੀ ਜਾਂਦੀ ਹੈ, ਇਹ ਜੰਗਲਾਂ 'ਚ ਨਹੀਂ ਜਾ ਸਕਦੀ, ਇਹ ਜਿਹੜੀ ਹੈ ਉਹਨੂੰ ਨਹੀਂ ਮਾਰਦੀ ਤੇ ਨਾ ਇਹ ਮਾਰਨ ਯੋਗੀ ਹੈ, ਛੋਟੀ ਹੈ, ਤੁਹਾਡਾ ਇਹ ਖਿਆਲ ਹੈ? ਤੇ ਜਿਨ੍ਹਾਂ ਨੇ ਇਹ ਖਿਆਲ ਪੈਦਾ ਕੀਤਾ ਹੈ ਉਹਨਾਂ ਨੇ ਇਹ ਗਲਤ ਖਿਆਲ ਪੈਦਾ ਕੀਤਾ ਹੈ ਵੀ ਇਹ ਛੋਟੀ ਮੱਖੀ ਜਿਹੜੀ ਘਰਾਂ 'ਚ ਜਾਂ ਡੱਬਿਆਂ 'ਚ ਪਾਲਣੇ ਪਏ ਆ, ਇਹ ਜੰਗਲ ਦੀ ਡੂਮਣਾ ਮੱਖੀ ਨੂੰ ਮਾਰ ਦਿੰਦੀ ਹੈ, ਜਿਹੜੀ ਹਿੰਮਤ ਕਰੇ ਤੇ ਬੰਦਿਆਂ ਨੂੰ ਮਾਰ ਦਿੰਦੀ। ਇਹ ਖਿਆਲ ਜਿਹੜਾ ਹੈ ਇਹ ਫਿਰ ਸਰਾਸਰ ਗਲਤ ਹੈ? ਇਹ ਸਰ ਬਿਲਕੁਲ ਗਲਤ, ਮਕਸਦ ਸਿਰਫ ਇਹ ਆ ਕਿ ਦੂਸਰਾ ਕੋਈ ਫਾਰਮਰ ਇਸ ਤੋਂ ਫਾਇਦਾ ਨਾ ਲਵੇ। ਅੱਛਾ ਅੱਛਾ, ਤੁਹਾਡਾ ਇਹ ਖਿਆਲ ਹੈ ਕਿ ਜਿਹੜੇ ਠੇਕੇਦਾਰ ਨੇ ਜੰਗਲ ਤੋਂ ਸ਼ਹਿਦ ਲੈਂਦੇ ਨੇ ਉਹਨਾਂ ਨੇ ਇਹ ਅਫਵਾਹ ਫੈਲਾਈ ਹੈ ਤਾਂ ਕਿ ਇਹ ਜਿਹੜੇ ਡੱਬਿਆਂ ਵਾਲੇ ਨੇ ਇਹ ਜੰਗਲ ਦੇ ਅੰਦਰ ਬਾਹਰ ਆਸੇ ਪਾਸੇ ਡੱਬੇ ਨਾ ਰੱਖ ਸਕਣ। ਮਹਿਕਮੇ ਦੇ ਜਿਹੜੇ ਅਫਸਰ ਤੇ ਮੁਲਾਜ਼ਮ ਨੇ ਉਹ ਹੀ ਇਹਨਾਂ ਨੂੰ ਪਰਾਂ ਕਰ ਦੇਣ ਕਿ ਤੁਸੀਂ ਇਹ ਕੰਮ ਨਾ ਕਰੋ, ਇਹ ਅਸਲ ਵਜ੍ਹਾ ਬਿਲਕੁਲ ਇਹ ਹੈ ਕਿ ਸਾਨੂੰ ਮੇਰਾ ਮਦਨ ਨਦੀ ਕਾਂਦੇ ਨੇ ਵੀ ਇੱਥੇ ਨਾ ਲਾਓ ਇਹ ਗੱਲ ਹੁੰਦਾ ਨਾ ਜੰਗਲ ਦਾ।